ਤੇਰੇ ਖੂਨ ਨਿਕਲਣ ਦਿਆ ਟੀਕੇ ਦੇ ਨਾਲ ਤੇਰੇ ਬਸ ਕਰ ਯਾਰ। ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸਰਕਾਰੀ ਹਸਪਤਾਲ ਦੀਆਂ ਜਿਹੜੀਆਂ ਤਸਵੀਰਾਂ ਨਸ਼ਰ ਕੀਤੀਆਂ ਸੀ ਉਸ ਦੇ ਬਾਹਰ ਨੌਜਵਾਨ ਨਸ਼ੇ ਦਾ ਟੀਕਾ ਲਾਉਂਦਾ ਨਜ਼ਰ ਆਇਆ ਸੀ, ਉੱਥੇ ਹੁਣ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਮੁਲਾਜ਼ਮ ਪਹੁੰਚ ਚੁੱਕੇ ਹਨ। ਜਵਾਨੀ ਦਾ ਹਾਲ ਕੀਤਾ ਇਹਨੂੰ ਸੁੱਟ ਪਹਿਲਾਂ ਸਿਰਿੰਜ ਸੁੱਟ ਪਹਿਲਾਂ। ਜੇ ਕੋਈ ਨਸ਼ਾ ਪੀਂਦਾ ਹੈ ਜਾਂ ਕੋਈ ਇੱਦਾਂ ਹਰਕਤ ਕਰਦਾ ਉਹਦੇ ਬਾਰੇ ਤੁਸੀਂ ਸਾਨੂੰ ਇਤਲਾਹ ਦਿਓ, ਅਸੀਂ ਉਹਦੇ 'ਤੇ ਤੁਰੰਤ ਕਾਰਵਾਈ ਕਰਾਂਗੇ। ਪੀਟੀਸੀ ਨਿਊਜ਼ ਦੀ ਖਬਰ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ, ਜਿਸ ਦੇ ਚੱਲਦੇ ਅੱਜ ਪੀਟੀਸੀ ਨਿਊਜ਼ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਸੀ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਨੌਜਵਾਨ ਨਸ਼ੇ ਦਾ ਟੀਕਾ ਲਗਾ ਰਿਹਾ ਸੀ ਔਰ ਨਸ਼ੇ ਦੇ ਵਿੱਚ ਬੇਸੁਰ ਨਜ਼ਰ ਆ ਰਿਹਾ ਸੀ, ਜਿਸ ਤੋਂ ਬਾਅਦ ਪੀਟੀਸੀ ਨਿਊਜ਼ ਨੇ ਗੰਭੀਰਤਾ ਨਾਲ ਇਸ ਖਬਰ ਨੂੰ ਨਸ਼ਰ ਕੀਤਾ ਔਰ ਉਸ ਤੋਂ ਬਾਅਦ ਕੁਛ ਹੀ ਮਿੰਟਾਂ ਦੇ ਵਿੱਚ ਕਹਿ ਸਕਦੇ ਹਾਂ ਮਹਿਜ ਅੱਧੇ ਘੰਟੇ ਦੇ ਬਾਅਦ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਈ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸਰਕਾਰੀ ਹਸਪਤਾਲ ਦੀਆਂ ਜਿਹੜੀਆਂ ਤਸਵੀਰਾਂ ਨਸ਼ਰ ਕੀਤੀਆਂ ਸੀ ਉਸ ਦੇ ਬਾਹਰ ਨੌਜਵਾਨ ਨਸ਼ੇ ਦਾ ਟੀਕਾ ਲਾਉਂਦਾ ਨਜ਼ਰ ਆਇਆ ਸੀ, ਉੱਥੇ ਹੁਣ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਮੁਲਾਜ਼ਮ ਪਹੁੰਚ ਚੁੱਕੇ ਹਨ। ਸੋ ਕਹਿ ਸਕਦੇ ਹਾਂ ਕਿ ਖਬਰ ਦਾ ਇੱਕ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ ਔਰ ਕੁਛ ਹੀ ਮਿੰਟਾਂ ਦੇ ਬਾਅਦ ਇੱਕ ਪੁਲਿਸ ਦਾ ਇੱਕ ਪਹਿਰਾ ਦੇਖਣ ਨੂੰ ਮਿਲਿਆ। DSP ਅਮਰਨਾਥ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਸਰ, ਅੱਜ ਇੱਕ ਖਬਰ ਨਸ਼ਰ ਕੀਤੀ ਗਈ ਸੀ ਜਿਹਦੇ ਵਿੱਚ ਇੱਕ ਨੌਜਵਾਨ ਨਸ਼ੇ ਵਿੱਚ ਬੇਸੁੱਧ ਨਜ਼ਰ ਆ ਰਿਹਾ ਸੀ ਔਰ PTC ਨਿਊਜ਼ ਵੱਲੋਂ ਖਬਰ ਦਿਖਾਈ ਗਈ ਔਰ ਬਹੁਤ ਬਹੁਤ ਧੰਨਵਾਦ ਹੈ ਵੀ ਤੁਸੀਂ ਗਹਿਨਤਾ ਨਾਲ ਉਸ ਖਬਰ ਨੂੰ ਗੰਭੀਰਤਾ ਨਾਲ ਲਿਆ ਔਰ ਕੁਛ ਹੀ ਮਿੰਟਾਂ ਦੇ ਵਿੱਚੋਂ ਉਸ ਥਾਂ 'ਤੇ ਪਹੁੰਚ ਗਏ ਹੋ, ਕੀ ਕਹੋਗੇ? ਪੰਜਾਬ ਸਰਕਾਰ ਔਰ ਸਾਡੇ DGP ਸਾਹਿਬ, ਸਾਡੇ SSP ਸਾਹਿਬ, ਸਾਡੇ DIG ਸਾਹਿਬ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਪੰਜਾਬ ਪੁਲਿਸ ਜਿਹੜੀ ਤਤਪਰ ਹੈ ਔਰ ਪੁਲਿਸ ਔਰ ਪਬਲਿਕ ਉਹਨਾਂ ਦੇ ਹੀ ਸਹਿਯੋਗ ਦੇ ਨਾਲ ਔਰ ਪ੍ਰੈਸ ਦੇ ਨਾਲ ਅਸੀਂ ਇਹ ਜੋ ਵੀ ਸਾਨੂੰ ਇਨਫੋਰਮੇਸ਼ਨ ਨਿੱਕੀ ਤੋਂ ਨਿੱਕੀ ਵੀ ਮਿਲਦੀ ਹੈ ਅਸੀਂ ਉਹ 'ਤੇ ਤੁਰੰਤ ਰਿਐਕਟ ਕਰਦੇ ਹਾਂ ਔਰ ਅਸੀਂ ਸਾਨੂੰ ਇਹ ਉਮੀਦ ਆ ਵੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਕਰਨਾ। ਜੇ ਕੋਈ ਨਸ਼ਾ ਪੀਂਦਾ ਹੈ ਜਾਂ ਕੋਈ ਇੱਦਾਂ ਹਰਕਤ ਕਰਦਾ ਉਹਦੇ ਬਾਰੇ ਤੁਸੀਂ ਸਾਨੂੰ ਇਤਲਾਹ ਦਿਓ, ਅਸੀਂ ਉਹਦੇ 'ਤੇ ਤੁਰੰਤ ਕਾਰਵਾਈ ਕਰਾਂਗੇ। ਖਬਰਾਂ ਅੱਗੇ ਵੀ ਚੱਲਦੀਆਂ ਪਰ ਇੰਨਾ ਕੁਇਕ ਐਕਸ਼ਨ, ਮਹਿਜ ਅੱਧਾ ਘੰਟਾ ਹੋਇਆ ਖਬਰ ਚੱਲੀ ਨੂੰ ਔਰ ਇੱਕ ਵੱਡਾ ਅਮਲਾ ਇੱਥੇ ਪਹੁੰਚ ਗਿਆ, ਸਾਨੂੰ ਵੀ ਖੁਸ਼ੀ ਹੁੰਦੀ ਇੱਦਾਂ ਦੇ ਪ੍ਰੈਸਾਂ ਤੋਂ, ਕੀ ਕਹੋਗੇ? ਮੈਂ PTC ਪ੍ਰੈਸ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਖਬਰ ਲਾਈ ਆ ਔਰ ਸਾਡੇ ਤੱਕ ਇਹ ਪਹੁੰਚੀ ਹੈ ਤਾਂ ਅਸੀਂ ਤੁਰੰਤ ਆਪਣੀ ਫੋਰਸ ਨੂੰ ਲੈ ਕੇ ਇੱਥੇ ਪਹੁੰਚੇ ਹਾਂ। ਸਾਡੀ ਸ਼ਹਿਰ ਵਿੱਚ ਔਰ ਇਕੱਲੇ ਮੁਹੱਲੇ ਦੇ ਵਿੱਚ ਲੋਕਾਂ ਨੂੰ ਅਵੇਅਰਨੈਸ ਮੀਟਿੰਗਾਂ ਔਰ ਪਬਲਿਕ ਮੀਟਿੰਗਾਂ ਹੀ ਕਰਕੇ ਇਹੀ ਅਗਾਹ ਕਰਦੇ ਹਾਂ ਕਿ ਜੇ ਕੋਈ ਨਸ਼ਾ ਵੇਚਦਾ ਜਾਂ ਕੋਈ ਕਰਦਾ ਜਾਂ ਕੋਈ ਪੀਂਦਾ ਜਾਂ ਕੋਈ ਗਲਤ ਹਰਕਤ ਕਰਦਾ ਉਹਦੇ ਬਾਰੇ ਪੁਲਿਸ ਨੂੰ ਇਤਲਾਹ ਦਿਓ। ਇਹ ਸਾਡੇ ਤੱਕ ਇਨਫੋਰਮੇਸ਼ਨ ਪਹੁੰਚੀ ਸੀ ਤਾਂ ਅਸੀਂ ਤੁਰੰਤ ਉੱਤੇ ਐਕਸ਼ਨ ਕੀਤਾ, ਅਸੀਂ ਉਹ ਵਾਚ ਕਰ ਰਹੇ ਹਾਂ ਔਰ ਸਰਚ ਕਰ ਰਹੇ ਹਾਂ, ਜੇ ਕੋਈ ਮਿਲਦੀ ਤਾਂ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਜੇਕਰ ਸਰਕਾਰੀ ਹੋਸਪਿਟਲ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਹੋਸਪਿਟਲ ਗਰੀਬਾਂ ਲਈ ਇੱਕ ਬਹੁਤ ਵੱਡਾ ਸੋਰਸ ਆ ਦਵਾਈ ਲੈਣ ਦਾ, ਹੈ ਨਾ? ਜ਼ਿਆਦਾ ਤੋਂ ਜ਼ਿਆਦਾ ਗਰੀਬ ਇੱਥੇ ਆਉਂਦੇ ਆ ਪਰ ਇੱਥੇ ਜਿਹੜਾ ਬਾਹਰਲਾ ਐਟਮੋਸਫੀਅਰ ਆ, ਜਿਵੇਂ ਕਿ ਨਸ਼ਾ ਛੜਾਊ ਕੇਂਦਰ ਦੇ ਵਿੱਚ ਕੁਛ ਨਸ਼ੇੜੀ ਆਉਂਦੇ ਆ ਉਹ ਬਾਹਰ 20-50 ਦੀ ਤਾਦਾਦ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਖੜੇ ਰਹਿੰਦੇ ਔਰ ਇੱਦਾਂ ਦੀਆਂ ਹਰਕਤਾਂ ਸਾਹਮਣੇ ਆਉਂਦੀਆਂ, ਉਹਨਾਂ 'ਤੇ ਵੀ ਅੱਗੇ ਕੋਈ ਨਕੇਲ ਕੱਸੀ ਜਾਊਗੀ? ਸਾਡੀ ਇਹਨਾਂ 'ਤੇ ਪੂਰੀ ਅੱਖ ਵਜੀ ਅੱਖ ਰੱਖੀ ਹੋਈ ਹੈ ਇਹਨਾਂ 'ਤੇ। ਜੇ ਕੋਈ ਵਿਅਕਤੀ ਇੱਥੇ ਨਸ਼ਾ ਆ ਕੇ ਵੇਚੂਗਾ ਜਾਂ ਇਹ ਪੀਊਗਾ, ਸਿਵਲ ਹੋਸਪਿਟਲ ਦੇ ਵਿੱਚ ਅਸੀਂ ਡੀਡਿਕਸ਼ਨ ਸੈਂਟਰ ਖੁੱਲ੍ਹਾ ਹੋਇਆ, ਉੱਥੋਂ ਲੋਕ ਜਿਹੜੇ ਆਪਣੇ ਮਰੀਜ਼ ਪੁਰਾਣੇ ਹੈਗੇ ਮੈਡੀਸਨ ਲੈਣ ਆਉਂਦੇ ਆ, ਲੈ ਕੇ ਆਪਣੇ ਘਰਾਂ ਨੂੰ ਚਲ ਜਾਂਦੇ ਆ। ਮੇਰੀ ਉਹਨਾਂ ਨੂੰ ਵੀ ਇਹੀ ਅਪੀਲ ਆ ਵੀ ਇੱਥੇ ਬਾਹਰ ਨਹੀਂ ਖੜ੍ਹਨਾ,
ਆਪੋ ਆਪਣੇ ਘਰਾਂ ਦੇ ਵਿੱਚ ਜਾ ਕੇ ਆਪਣੇ ਪਰਿਵਾਰ 'ਚ ਰਹੋ। ਥੈਂਕ ਯੂ। ਸੋ ਤੁਰੰਤ ਐਕਸ਼ਨ ਦੇ ਵਿੱਚ ਆਈ ਪੁਲਿਸ, ਉਹਦੀ ਉਹ DSP ਅਮਰਨਾਥ ਨਾਲ ਅਸੀਂ ਗੱਲ ਕੀਤੀ ਹੈ ਔਰ ਉਹਨਾਂ ਨੇ ਸਾਫ਼ ਤੌਰ 'ਤੇ ਇਹ ਗੱਲ ਕਹੀ ਹੈ ਕਿ ਨਸ਼ੇ 'ਤੇ ਜਿਹੜੀ ਹੈ ਉਹ ਨਕੇਲ ਕਸੀ ਜਾ ਰਹੀ ਹੈ, ਜੇਕਰ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਉਸ 'ਤੇ ਤੁਰੰਤ ਐਕਸ਼ਨ ਲਿਆ ਜਾਂਦਾ ਹੈ। ਇਸੇ ਹੀ ਤਰ੍ਹਾਂ ਜਿਹੜੀ PGC ਨਿਊਜ਼ ਵੱਲੋਂ ਅੱਜ ਇੱਕ ਨਸ਼ੇੜੀ ਵਿਅਕਤੀ ਦੀ ਜਿਹੜੀ ਖਬਰ ਨਸ਼ਰ ਕੀਤੀ ਸੀ ਉਹ 'ਤੇ ਮਹਿਜ਼ ਅੱਧੇ ਘੰਟੇ ਦੇ ਵਿੱਚ ਐਕਸ਼ਨ ਹੁੰਦਾ ਨਜ਼ਰ ਆਇਆ ਹੈ। ਤੈਨੂੰ ਕੰਮ ਸ਼ੋਭਾ ਦਿੰਦੇ ਯਾਰ, ਮਾਮੇ ਨੂੰ ਰੋਕਦਾ ਕੀ ਕਰਨੇ ਤੁਸੀਂ ਆ? ਖੂਨ ਨਿਕਲਣ ਦਿਆ ਟੀਕੇ ਦੇ ਨਾਲ ਤੇਰੇ, ਬਸ ਕਰ ਯਾਰ। ਪੰਜਾਬੀ ਜਵਾਨੀ ਦਾ ਹਾਲ ਕੀਤਾ ਤੁਸੀਂ, ਇਹਨੂੰ ਸੁੱਟ ਪਹਿਲਾਂ, ਸਿਰਿੰਜ ਸੁੱਟ ਪਹਿਲਾਂ, ਸੁੱਟ ਇਹਨੂੰ, ਸਿਰਿੰਜ ਨੂੰ ਪਹਿਲਾਂ ਸੁੱਟ, ਸਿਰਿੰਜ ਘਰ ਚੱਲ, ਤੈਨੂੰ ਮੈਂ ਕਹਿੰਦਾ ਘਰ ਚੱਲ। ਲੈ ਕੇ ਕਿੱਥੋਂ ਆਇਆ ਟੀਕਾ? ਲੈ ਕੇ ਕਿੱਥੋਂ ਆਇਆ ਟੀਕਾ? ਕਿਹੜਾ ਸ਼ਕਤੀ ਹੈ? ਆਸ ਕਰਦੇ ਹਾਂ ਕਿ ਅੱਗੇ ਵੀ ਅਜਿਹੀਆਂ ਜਾਣਕਾਰੀਆਂ, ਅਜਿਹੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਜਿਹੜੀਆਂ ਕਿ ਸਾਡੇ ਸਮਾਜ ਦੇ ਲਈ ਇੱਕ ਕੁਰੀਤੀ ਬਣਦੀਆਂ ਜਾ ਰਹੀਆਂ ਹਨ, ਸਾਡੇ ਸਮਾਜ ਲਈ ਇੱਕ ਬੁਰਾਈ ਬਣਦੀਆਂ ਜਾ ਰਹੀਆਂ ਹਨ। ਕੈਮਰਾ ਪਰਸਨ ਅਮਿਤ ਠਾਕੁਰ ਦੇ ਨਾਲ ਯੋਗੇਸ਼ ਕੁਮਾਰ, PGC ਨਿਊਜ਼, ਹੁਸ਼ਿਆਰਪੁਰ।